ਕੋਰੋਨਾ ਕੈਨੇਡਾ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਦੁਬਾਰਾ ਫੈਲ ਰਿਹਾ ਨਵਾਂ ਓਮੀਕਰੋਨ ਵੈਰੀਐਂਟ ਜਿਹੜਾ ਜੀ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ ਜਨਮ ਲਿਆ ਹੋਇਆ ਜੇ ਅਸੀਂ ਨੂੰ ਦੇਖਦੇ ਹਾਂ ਕੈਨੇਡਾ ਦੇ ਹਰ ਟਟ ਸੂਬਿਆਂ ਵੱਲੋਂ ਆਪਣੇ ਤੌਰ ਦੇ ਉੱਤੇ ਪਾਬੰਦੀਆਂ ਜਿਹੜੀਆਂ ਲਾਈਆਂ ਜਾ ਰਹੀਆਂ ਕੱਲ ਆਪਾਂ ਕੁਵੈਕ ਦੇ ਵਿੱਚ ਲੱਗੀਆਂ ਪਾਬੰਦੀਆਂ ਦੀ ਗੱਲ ਕੀਤੀ ਸੀ ਕੁਵੈਕ ਤੇ ਇੰਟੇਰੀਅਰ ਦੇ ਵਿੱਚ ਅੱਜ ਵੀ ਕੇਸ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਆ ਉਸ ਤੋਂ ਬਾਅਦ BC ਦੇ ਵਿੱਚ ਵੀ ਨਵੀਆਂ ਪਾਬੰਦੀਆਂ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ ਗਿਆ BC ਦੇ ਵਿੱਚ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੇ ਮੁਤਾਬਕ ਅੱਜ ਤੋਂ ਜਿਹੜੀਆਂ ਅੱਜ ਅਨਾਉਂਸ ਕੀਤੀਆਂ ਗਈਆਂ ਤੇ ਇਹ ਪਾਬੰਦੀਆਂ ਜਨਵਰੀ 18 ਤੱਕ ਲਾਗੂ ਰਹਿਣੀਆਂ ਤੇ ਕੱਲ ਨੂੰ ਯਾਨੀ ਕਿ ਬੁੱਧਵਾਰ 22 ਦਸੰਬਰ ਤੋਂ ਹੋਏ ਰਾਤ ਨੂੰ 11:55 ਮਿੰਟ ਤੋਂ ਲਾਗੂ ਹੋਣੀਆਂ ਸੋ ਬੁੱਧਵਾਰ 22 ਦਸੰਬਰ ਰਾਤ ਨੂੰ 11:55 ਮਿੰਟ ਤੋਂ ਲਾਗੂ ਹੋ ਕੇ 18 ਜਨਵਰੀ ਦਿਨ ਮੰਗਲਵਾਰ 2022 ਤੱਕ ਇਹ ਪਾਬੰਦੀਆਂ ਜਿਹੜੀਆਂ ਬੀਸੀ ਦੇ ਵਿੱਚ ਲਾਗੂ ਰਹਿਣੀਆਂ ਇਹਨਾਂ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਵਿਆਹ ਪਾਰਟੀ ਰਿਸੈਪਸ਼ਨ ਜਿਹੜੀ ਆ ਉਹ ਨਹੀਂ ਹੋ ਸਕਦੀ ਕੋਈ ਵੀ ਇਨਡੋਰ ਜਿਹੜਾ ਇਹੋ ਜਿਹਾ ਇਵੈਂਟ ਹੈਗਾ ਆ ਐਨੀ ਸਾਈਜ਼ ਮਤਲਬ ਚਾਹੇ ਤੁਸੀਂ 20 ਬੰਦਿਆਂ ਨੇ ਇਕੱਠੇ ਹੋਣਾ ਤੇ ਚਾਹੇ ਤੁਸੀਂ 500 ਨੇ ਹੋਣਾ ਇਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ ਪਰ ਹੱਲੇ ਜਿਹੜਾ ਇਹ ਐਲਾਨ ਕੀਤਾ ਗਿਆ ਇਹਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਤੇ ਕੋਈ ਪਾਬੰਦੀ ਹੈ ਜਾਂ ਨਹੀਂ ਇਸ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਕਿਉਂਕਿ ਜਿਹੜੇ ਪੰਜਾਬੀਆਂ ਦੇ ਬਹੁਤੇ ਵਿਆਹ ਹੁੰਦੇ ਆ ਉਹ ਧਾਰਮਿਕ ਥਾਂ ਤੇ ਹੁੰਦੇ ਆ ਗੁਰਦੁਆਰਾ ਮੰਦਰਾਂ ਦੇ ਵਿੱਚ ਹੁੰਦੇ ਆ ਇਹ ਕਹਿ ਦਿੱਤਾ ਗਿਆ ਕਿ ਵੈਡਿੰਗਸ ਦੇ ਉੱਤੇ ਪਾਬੰਦੀ ਆ ਰਿਸੈਪਸ਼ਨ ਦੇ ਉੱਤੇ ਸੈਲੀਬ੍ਰੇਸ਼ਨਸ ਦੇ ਉੱਤੇ ਪਾਬੰਦੀ ਆ ਪਰ ਜੀ ਗੁਰਦਵਾਰੇ ਵਿੱਚ ਵੈਸੇ ਦੀਵਾਨ ਹਾਲ ਦੇ ਵਿੱਚ ਸੰਗਤ ਇਕੱਠੀ ਹੁੰਦੀ ਆ ਸਵੇਰੇ ਸ਼ਾਮ ਜਪਜੀ ਸਾਹਿਬ ਰਹਿਰਾ ਸਾਹਿਬ ਸੁਣਨ ਵਾਸਤੇ ਇਕੱਠੀ ਹੁੰਦੀ ਹੈ ਜਾਂ ਮੰਦਰਾਂ ਮਸਜਿਦਾਂ ਦੇ ਇਕੱਠੀ ਹੁੰਦੀ ਆ ਉਹਦੇ ਬਾਰੇ ਹੱਲੇ ਵੀ ਕੋਈ ਕਲੀਅਰ ਇੰਡੀਕੇਸ਼ਨ ਨਹੀਂ ਹੈ ਇਸ ਦੇ ਨਾਲ ਕੀ ਹੋਣਾ ਕਿ ਜਿੰਨਾ ਲੋਕਾਂ ਨੇ ਇਸ ਵੀਕਐਂਡ ਦੇ ਉੱਤੇ ਵਿਆਹ ਸੀਗੇ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਰਿਸ਼ਤੇਦਾਰਾਂ ਨੂੰ ਕਾਰਡ ਵੰਡੇ ਗਏ ਆ ਗਹਿਣਾ ਘੱਟਾ ਕਪੜਾ ਲੀਡਾ ਸਭ ਕੁਝ ਜਾਨੀ ਕਿ ਤਿਆਰ ਆ ਵੀਕਐਂਡ ਦੇ ਉੱਤੇ ਵਿਆਹ ਆ ਪਾਰਟੀ ਆ ਕਰਟੈਂਟ ਵੀ ਲੱਗ ਚੁੱਕੇ ਹੋਣਗੇ ਪਰ ਇਹਨ ਮੌਕੇ ਦੇ ਉੱਤੇ ਆ ਕੇ ਵਿਆਹ ਜਿਹੜੇ ਆ ਜੀ ਉਹ ਰੱਦ ਕਰ ਦਿੱਤੇ ਗਏ ਆ ਇਸ ਦੇ ਨਾਲ ਹੀ ਬਾਰ ਅਤੇ ਨਾਈਟ ਕਲੱਬ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਜੈਮ ਫਿਟਨੈਸ ਸੈਂਟਰ ਜਿਹੜੇ ਆ ਜੀ ਉਹ ਪੱਕੇ ਤੌਰ ਤੇ ਬੰਦ ਕਰ ਦਿੱਤੇ ਗਏ 18 ਜਨਵਰੀ ਤੱਕ ਡਾਂਸ ਸਟੂਡੀਓ ਬੰਦ ਕਰ ਦਿੱਤੇ ਗਏ ਆ ਖੇਡਾਂ ਦੇ ਸਾਰੇ ਟੂਰਨਾਮੈਂਟ ਜਿਹੜੇ ਉਹ ਕੈਨਸਲ ਕਰ ਦਿੱਤੇ ਗਏ ਆ ਜਿਹੜੇ ਸੀਟਡ ਇਵੈਂਟਸ ਨੇ ਮਤਲਬ ਕੋਈ ਸ਼ੋ ਹੋਣਾ ਬੈਠ ਕੇ ਦੇਖਣ ਵਾਲਾ ਆ ਕੋਈ ਥੀਏਟਰ ਆ ਮੂਵੀ ਆ ਉਹਦੇ ਵਿੱਚ ਕੈਪੈਸਿਟੀ ਜਿਹੜੀ ਅੱਧੀ ਕਰ ਦਿੱਤੀ ਗਈ ਆ ਇਸ ਦੇ ਨਾਲ ਹੀ ਜਿਹੜਾ ਆ ਇਹ ਸਲਾਹ ਦਿੱਤੀ ਗਈ ਆ ਕਿ ਕੱਟ ਜਿਹੜੇ ਆ ਉਹ ਛੋਟੇ ਰੱਖੇ ਜਾਣ ਹਰੇਕ ਥਾਂ ਦੇ ਉੱਤੇ ਚਾਹੇ ਘਰ ਦੇ ਵਿੱਚ ਕਿਸੇ ਦੇ ਘਰ ਜਾਣ ਤੋਂ ਕਹਿੰਦੇ ਵਿਚਾਰ ਰੱਖਿਆ ਜਾਵੇ ਜਿਹੜਾ ਇੱਕ ਪਹਿਲਾਂ ਘਰਾਂ ਵਾਸਤੇ ਕਾਨੂੰਨ ਲਾਗੂ ਕੀਤਾ ਸੀਗਾ ਵੀ ਜੇ ਕਿਸੇ ਘਰ ਦੇ ਵਿੱਚ ਪਾਰਟੀ ਹੈ ਤਾਂ ਘਰ ਦੇ ਜੀਆਂ ਤੋਂ ਇਲਾਵਾ ਜਿਹੜੇ ਆ 10 ਜਣੇ ਬਾਹਰ ਲਿਆ ਸਕਦੇ ਆ ਉਹਨੂੰ ਵੀ ਅੱਜ ਤਬਦੀਲ ਕਰ ਦਿੱਤਾ ਗਿਆ ਨਵੇਂ ਕਾਨੂੰਨ ਦੇ ਮੁਤਾਬਕ 10 ਜਣੇ ਬਾਹਰ ਲਿਆ ਸਕਦੇ ਆ ਜੇ ਘਰ ਦੇ ਸਿਰਫ 2 ਹੈਗੇ ਆ ਜੀ ਸੋ ਮਤਲਬ ਆ ਕਿ ਦੋ ਪਰਿਵਾਰ ਇਕੱਠੇ ਹੋ ਸਕਦੇ ਆ 12 ਜਾਣਿਆਂ ਤੋਂ ਵੱਧਣੇ ਨਹੀਂ ਚਾਹੀਦੇ ਤੇ ਉਹਨਾਂ 12 ਜਾਣਿਆਂ ਦੇ ਵਿੱਚ ਜੇ ਦੋ ਜਾਣੇ ਘਰ ਦੇ ਆ ਤਾਂ ਵੱਧ ਤੋਂ ਵੱਧ 10 ਜਣੇ ਆ ਸਕਦੇ ਆ ਬਾਹਰੋਂ ਸੋ ਮਤਲਬ ਜੇ ਹੁਣ ਇਹ ਗੱਲ ਕਰੀਏ ਵੀ ਇੱਕ 6 ਜਾਣਿਆਂ ਦਾ ਟੱਬਰ ਆ ਤੇ ਦੂਜਾ ਟੱਬਰ ਜਿਹੜਾ ਉਹਨਾਂ ਦੇ ਘਰ ਆ ਰਿਹਾ ਉਹਦੇ ਵਿੱਚ 7 ਜਾਣੇ ਆ ਜਾਂ ਤਿੰਨ ਟੱਬਰ ਜਿਹੜੇ ਆ ਉਹ 4-4 5 ਕਰਕੇ ਇਕੱਠੇ ਹੋਣ ਲੱਗੇ ਆ ਸੋ ਉਹ ਜਿਹੜੇ ਇਕੱਠੇ ਨਹੀਂ ਹੋ ਸਕਦੇ ਪਰ ਜੇ 12 ਤੋਂ ਘੱਟ ਗਿਣਤੀ ਆ ਫਿਰ ਜਿਹੜੇ ਇਕੱਠੇ ਹੋ ਸਕਦੇ ਆ ਜੀ ਸੋ ਇਸ ਤਰੀਕੇ ਦੇ ਨਾਲ ਇਹ ਪਾਬੰਦੀਆਂ ਜਿਹੜੀਆਂ ਕੰਮ ਕਰ ਲੀਆਂ ਬਾਕੀ ਲੋਕਾਂ ਦੇ ਵਿੱਚ ਤਾਂ ਆਮ ਦੇਖਣ ਵਿੱਚ ਆਦਿਆ ਕਿ ਇਹਨੂੰ ਇਨਫੋਰਸ ਕਿਵੇਂ ਕਰਨਗੇ ਪਵੰਤੀਆਂ ਤਾਂ ਲਾ ਦੋਤੀਆਂ ਹਾਲ ਬੰਦ ਹੋ ਜਾਣਗੇ ਪਾਰਟੀਆਂ ਬੰਦ ਹੋ ਜਾਣਗੀਆਂ ਜਿਹੜੀ ਘਰਾਂ ਦੇ ਵਿੱਚ ਪਵੰਦੀ ਲਾਉਣ ਵਾਲੀ ਗੱਲ ਹੈ ਇਹਨੂੰ ਇਨਫੋਰਸ ਕਿਵੇਂ ਕਰਨਗੇ ਤੇ ਜੇ ਕੋਈ ਇਹ ਹੁਕਮ ਨਹੀਂ ਮੰਨਦਾ ਉਹਨੂੰ ਸਜ਼ਾ ਕੀ ਹੋਊਗੀ ਤੇ ਸਜ਼ਾ ਦਊਗਾ ਕੌਣ ਉਹ ਰੁਕੂਆ ਕੌਣ ਇਹਦੇ ਵਾਸਤੇ ਨਾ ਕੋਈ ਵਿਧੀ ਵਿਵਧਾਨ ਹੈ ਤੇ ਨਾ ਬਣ ਸਕਦਾ ਆ ਸਿਰਫ ਇਹੀ ਲੋਕਾਂ ਨੂੰ ਅਪੀਲ ਕੀਤੀ ਗਈ ਆ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦੇ ਆ ਇਹਦੇ ਉੱਤੇ ਰੋਕ ਲਾਈ ਜਾਵੇ ਅਜਿਹਾ ਨਾ ਕੀਤਾ ਜਾਵੇ ਜਿਹੜਾ ਕਹਿੰਦੇ ਕਰੋਨਾ ਦਾ ਇਹ ਨਵਾਂ ਵੀਰੀਐਂਟ ਆ ਇਹ ਬਹੁਤ ਤੇਜ਼ੀ ਦੇ ਨਾਲ ਵਧਦਾ ਆ ਤੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਚੁੱਕਦਿਆਂ ਜਿਹੜਾ ਇਹਨੂੰ ਰੋਕਣ ਤੋਂ ਰੋਕਣ ਦੇ ਵਾਸਤੇ ਜ਼ੋਰ ਲਾਇਆ ਜਾਵੇ ਜਿੱਥੇ ਵੀ ਹੋ ਸਕੇ ਆਪਸੀ ਇਕੱਠ ਜਿਹੜੇ ਆ ਨਾ ਕੀਤੇ ਜਾਣ ਸੋ ਇਹ ਹੁਣ ਸਾਰਾ ਕੁਝ ਦੇਦਿਆਂ ਮਹਿਸੂਸ ਇਹ ਹੋ ਰਿਹਾ ਵੀ ਜੋ ਕੁਝ ਪਿਛਲੇ ਦੋ ਸਾਲਾਂ ਚ ਹੋਇਆ ਫਸਟ ਵੇਵ ਸੈਕੰਡ ਵੇਵ ਥਰਡ ਵੇਵ ਫੋਰਥ ਵੇਵ ਹੁਣ ਪੰਜਵੀਂ ਵੇਵ ਦੇ ਵਿੱਚ ਉਹੀ ਕੁਝ ਦੇਖਣ ਨੂੰ ਮਿਲ ਰਿਹਾ ਆ ਸੋ ਲੋਕ ਜਿਹੜੇ ਆ ਬਹੁਤ ਅੱਕੇ ਪਏ ਆ ਲੋਕਾਂ ਨੂੰ ਹੁਣ ਗੁੱਸਾ ਆ ਰਿਹਾ ਕਿ ਵਾਰ-ਵਾਰੇ ਕਿਉਂ ਅਜਿਹਾ ਹੋ ਰਿਹਾ ਇੱਕ ਪਾਸੇ ਜਿਹੜੇ ਸਾਂਝਦਾਨ ਇਹ ਕਹਿ ਰਹੇ ਆ ਮੇਰਾ ਉਹ ਮੀਕਰੋਨ ਵੇਰੀਐਂਟ ਆ ਵੀ ਇਹ ਫੈਲਦਾ ਬਹੁਤ ਛੇਤੀ ਆ ਪਰ ਨਾਲ ਦੀ ਨਾਲ ਇਹ ਵੀ ਆ ਕਿ ਇਹ ਜਿਹੜਾ ਇਹ ਤੋਂ ਪੀੜਿਤ ਬੰਦਾ ਹੁੰਦਾ ਉਹਨੂੰ ਹਸਪਤਾਲ ਨਹੀਂ ਜਾਣਾ ਪੈਂਦਾ ਬਹੁਤ سارے ਲੋਕੀ ਜਿਹੜੇ ਜਿਹਨਾਂ ਦੇ ਟੀਕੇ ਲੱਗੇ ਹੋਏ ਉਹਨਾਂ ਦਾ ਬਿਲਕੁਲ ਅਸਰ ਨਹੀਂ ਕਰਦਾ ਵੀ ਫੇਰ ਇਹ ਤੋਂ ਡਰਿਆ ਕਿਉਂ ਜਾ ਰਿਹਾ ਆ ਪਰ ਜਿਹੜੇ ਸਾਇੰਸ ਮਾਹਰ ਨੇ ਉਹ ਕਹਿੰਦੇ ਵੀ ਡਰਨ ਦੀ ਲੋੜ ਨਹੀਂ ਆ ਇਹ ਸਟਰੋਂਗ ਹੋ ਸਕਦਾ ਈ ਦਿਨੋਂ ਦਿਨ ਇਸ ਗੱਲ ਨੂੰ ਲੈ ਕੇ ਆ ਲੋਕਾਂ ਦੇ ਵਿੱਚ ਤੇ ਮਾਰਾਂ ਦੇ ਵਿਚਾਰੇ ਜਿਹੜੀ ਆ ਕਾਫੀ ਬਹਿਸ ਚੱਲ ਰਹੀ ਆ ਲੋਕੀ ਅੱਕੇ ਪਏ ਆ ਉਹ ਚਾਹੁੰਦੇ ਆ ਕਿ ਸਾਰਾ ਕੁਝ ਨੋਰਮਲ ਵਾਂਗੂ ਹੋ ਜਾਵੇ ਪਰ ਹੋ ਨਹੀਂ ਰਿਹਾ ਅਜੇ ਹਾਈ ਇੱਕ ਵਾਕਿਆ ਜਿਹੜਾ ਬੀਸੀ ਦੇ ਇੱਕ ਵਿਧਾਇਕ ਨਾਲ ਹੋਇਆ ਕ੍ਰਿਸਟਨ ਬੀਸੀ ਦੇ ਵਿੱਚ ਜਿਹੜੀ ਨਿਊ ਡੈਮੋਕਰੈਟਿਕ ਪਾਰਟੀ ਸਾਡੀ ਸੱਤਾਧਾਰੀ ਪਾਰਟੀ ਦੀ ਵਿਧਾਇਕ ਆ ਬਿਟਨੀ ਐਂਡਰਸਨ ਉਹਨਾਂ ਨੂੰ ਕੁਝ ਲੋਕਾਂ ਨੇ ਘੇਰ ਲਿਆ ਮੰਦੇ ਸ਼ਬਦ ਬੋਲੇ ਆ ਇਸ ਵਾਸਤੇ ਉਹ ਬਕਾਇਦਾ ਪੁਲਿਸ ਕੋਲ ਸ਼ਿਕਾਇਤ ਉਹਨਾਂ ਨੇ ਦਰਜ ਕਰਾਈ ਆ ਕਿ ਮੇਰੇ ਨਾਲ ਜਿਹੜਾ ਵਿਹਾਰ ਬਹੁਤ ਮਾੜਾ ਕੀਤਾ ਗਿਆ ਆ ਵੈਕਸੀਨੇਸ਼ਨ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਮੈਨੂੰ ਨਿਸ਼ਾਨਾ ਬਣਾਇਆ ਗਿਆ ਸੋ ਇਹ ਹੌਲੀ-ਹੌਲੀ ਜਿਹੜਾ ਲੋਕਾਂ ਦਾ ਗੁੱਸਾ ਆ ਸਰਕਾਰਾਂ ਪ੍ਰਤੀ ਉਹ ਵੱਧਦਾ ਜਾ ਰਿਹਾ ਆ ਬਹੁਤ سارے ਲੋਕ ਆ ਵਾਕੀ ਹੋ ਰਿਹਾ ਕਹਿੰਦੇ ਵੀ ਅਸੀਂ ਅੱਕ ਗਏ ਆ ਹੁਣ ਵੀ ਇਦੂ ਵੱਧ ਸਾਡੇ ਕੋਲ ਹੁਣ ਇਹ ਸਹਿ ਨਹੀਂ ਜੀ ਹੋ ਰਿਹਾ ਜਿੱਥੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇਸ ਵੇਲੇ ਤੀਜੇ ਬੂਸਟਰ ਸ਼ਾਟ ਦੀਆਂ ਤਿਆਰੀਆਂ ਚੱਲ ਰਹੀਆਂ ਆ ਉੱਥੇ ਇਜ਼ਰਾਈਲ ਦੇ ਵਿੱਚ ਚੌਥਾ ਬੂਸਟਰ ਸ਼ਾਟ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਆ ਅੱਜ ਇਜ਼ਰਾਈਲ ਵੱਲੋਂ ਆਫੀਸ਼ੀਅਲੀ 60 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਦੇ ਚੌਥਾ ਬੂਸਟਰ ਸ਼ਾਟ ਜਿਹੜਾ ਹੈਗਾ ਲਾਉਣ ਦੀਆਂ ਤਿਆਰੀਆਂ ਕਰਕੇ ਮੁਹਿੰਮ ਜਿਹੜੀ ਆ ਵਧ ਦਿੱਤੀ ਗਈ ਆ ਜਿੱਤੋਂ ਲੱਗਦਾ ਕਿ ਇਹ ਤੀਜੇ ਬੂਸਟਰ ਸ਼ਾਟ ਨਾਲ ਵੀ ਗੱਲ ਨਹੀਂ ਬਣਨੀ ਹੱਲੇ ਗਾਹਾਂ ਜਾ ਕੇ ਚੌਥਾ ਵੀ ਲਾਉਣਾ ਪੈਣਾ ਸੋ ਉਹ ਸਾਂਝਦਾਨ ਜਿਹੜੇ ਕਹਿ ਰਹੇ ਸੀਗੇ ਕਿ ਇਹ ਬਿਮਾਰੀ ਲੰਮਾ ਸਮਾਂ ਚੱਲਣੀ ਆ ਤਿੰਨ ਚਾਰ ਸਾਲ ਚੱਲਣੀ ਆ ਜਿੰਨਾ ਚਿਰ ਹਰਡ ਇਮਿਊਨਿਟੀ ਨਹੀਂ ਬਣ ਜਾਂਦੀ ਮਤਲਬ ਸਾਰਿਆਂ ਲੋਕਾਂ ਦਾ ਇਕੱਠਾ ਭਾਈਚਾਰੇ ਦਾ ਜਿਹੜਾ ਇਹੋ ਜਿਹਾ ਮਾਦਾ ਨਹੀਂ ਬਣ ਜਾਂਦਾ ਅੰਦਰ ਸਰੀਰ ਤਕੜਾ ਨਹੀਂ ਹੋ ਜਾਂਦਾ ਅੰਦਰੋਂ ਕਿ ਫਲੂ ਕੰਮ ਕਰਨਾ ਓਹ ਹਟ ਜਵੇ ਸਰੀਰਕ ਸਮਰੱਥਾ ਵਧ ਜਵੇ ਉਹਨਾਂ ਚਿਰੇ ਬੂਸਟਰ ਸ਼ਾਟ ਜਿਹੜੇ ਲੱਗੇ ਜਾਣੇ ਆ ਤੀਜਾ ਚੌਥਾ ਪੰਜਵਾਂ ਛੇਵਾਂ ਸੋ ਉਜਿਆ ਹੋਇਆ ਆ ਉਹਨਾਂ ਇਸ ਗੱਲ ਸਾਰੀ ਨੂੰ ਲੈ ਕੇ ਜਦੋਂ ਕਿ ਇਨੀਆਂ ਪਾਬੰਦੀਆਂ ਲੱਗ ਰਹੀਆਂ ਬਹੁਤ سارے ਲੋਕ 6.5 ਵਿੱਚ ਆ ਖਾਸ ਕਰਕੇ ਪੰਜਾਬੀ ਵੀ ਮਸਾ ਵੀਜ਼ਾ ਮਿਲਿਆ ਇੰਡੀਆ ਦਾ ਮਹਿੰਗੀ ਟਿਕਟ ਲਈ ਆ ਹੁਣ ਤਿਆਰੀਆਂ ਹੋ ਚੁੱਕੀਆਂ ਆ ਜਾਣ ਦੀਆਂ ਵੀ ਹੁਣ ਜਾਈਏ ਕਿ ਨਾ ਜਾਈਏ ਇਸ ਵਾਸਤੇ ਕਦੀ ਉਹ ਆਪਣੇ ਤੋਂ ਸਿਆਣਿਆਂ ਨੂੰ ਪੁੱਛਦੇ ਆ ਕਦੀ ਪੱਤਰਕਾਰਾਂ ਨੂੰ ਮੀਡੀਆ ਨੂੰ ਪੁੱਛਦੇ ਆ ਸੋ ਇਹੀ ਕਹਿਣਾ ਚਾਹੁੰਦੇ ਆ ਕਿ ਆਪੋ ਆਪਣਾ ਰਿਸਕ ਹੈਗਾ ਆ ਆ ਕੋਈ ਵੀ ਨਹੀਂ ਕਹਿ ਸਕਦਾ ਵੀ ਕੱਲ ਨੂੰ ਕੀ ਹੋਣਾ ਹੋ ਸਕਦਾ ਹਫ਼ਤੇ ਬਾਅਦ ਸੁਧਾਰ ਹੋ ਜਾਵੇ ਇਹ ਫਲਾਈਟ ਸਿੱਧੇ ਚੱਲੀ ਜਾਣ ਹੋ ਸਕਦਾ ਕੇਸ ਐਨਏ ਵਾਜਣ ਕਿਸੇ ਵੀ ਮੁਲਕ ਦੇ ਵਿੱਚ ਤੇ ਪਾਬੰਦੀਆਂ ਜਿਹੜੀਆਂ ਲੱਗ ਸਕਦੀਆਂ ਕਿਉਂਕਿ ਕੰਟਰੋਲ ਕਿਸੇ ਦੇ ਵਿੱਚ ਨਹੀਂ ਹੈਗਾ ਹੱਥ ਦੇ ਵਿੱਚ ਹੁਣ ਸਰਕਾਰ ਤਾਂ ਚਿਰਾਂ ਤੋਂ ਕਹਿ ਰਹੀ ਹੈ ਕੈਨੇਡਾ ਸਰਕਾਰ ਕੇ ਪਾਬੰਦੀਆਂ ਜਿਹੜੀਆਂ ਲੱਗ ਸਕਦੀਆਂ ਇੰਟਰਨੈਸ਼ਨਲ ਬਾਰਡਰ ਬੰਦ ਹੋ ਸਕਦੇ ਆ ਇਸ ਕਰਕੇ ਅੰਤਰਰਾਸ਼ਟਰੀ ਸਫ਼ਰ ਤੋਂ ਗੁਰੇਜ਼ ਕੀਤਾ ਜਾਵੇ ਹੁਣ ਇਹ ਤੁਹਾਡਾ ਆਪਣਾ ਰਿਸਕ ਹੈ ਜਦਦਾ ਇਹ ਕਹਿ ਲਵਾਂ ਤੁਹਾਡੇ ਅੱਗੇ ਖੂਗਾ ਹਾਂ ਜੇ ਤੁਸੀਂ ਇਹ ਦੇਖਣਾ ਹੈ ਤੁਸੀਂ ਛਾਲ ਮਾਰ ਕੇ ਟੱਪ ਸਕਦੇ ਆ ਕਿ ਵਿੱਚ ਡਿੱਗ ਪਾਉਗੇ ਸੋ ਕੋਈ ਤੁਹਾਨੂੰ ਕੋਈ ਸਲਾਹ ਜਿਹੜੀ ਨਹੀਂ ਦੇ ਸਕਦਾ ਤੁਸੀਂ ਆਪਣਾ ਆਪ ਚੰਗਾ ਭਲਾ ਜਿਹੜਾ ਆ ਵਿਚਾਰ ਸਕਦੇ ਆ ਕਿ ਜੇ ਤੁਸੀਂ ਮੰਨ ਲਓ ਕੱਲ ਨੂੰ ਪੰਜਾਬ ਜਾਣੇ ਆ ਜੇ ਪਿੱਛੋਂ ਫਲਾਈਟਾਂ ਬੰਦ ਹੋ ਗਈਆਂ ਤੁਹਾਡੇ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਹੈਗਾ ਤੁਹਾਡਾ ਕੰਮਕਾਰ ਸੰਭੋਜੂ ਤੁਹਾਡਾ ਘਰ ਦੀਆਂ ਕਿਸ਼ਤਾਂ ਜਿਹੜੀਆਂ ਉਹ ਚੱਲ ਸਕਦੀਆਂ ਸੋ ਉਸ ਹਿਸਾਬ ਦੇ ਰਿਸਕ ਦੇ ਹਿਸਾਬ ਨਾਲ ਹਰੇਕ ਬੰਦੇ ਦਾ ਆਪੋ ਆਪਣਾ ਰਿਸਕ ਆ ਤੁਸੀਂ ਉਸ ਹਿਸਾਬ ਦੇ ਨਾਲ ਫੈਸਲਾ ਕਰੋ ਤੇ ਪੰਜਾਬ ਵਿੱਚ ਜਾਣਾ ਜ਼ਰੂਰੀ ਕਿਉਂ ਆ ਇਹ ਵੀ ਹਰੇਕ ਬੰਦੇ ਲਈ ਆਦਰ ਨਿਰਪਰ ਕਰਦਾ ਕਿਸੇ ਦਾ ਹੋ ਸਕਦਾ ਵੀ ਕਿਸੇ ਨੇ ਕਿਸੇ ਨੂੰ ਘੁੰਮਣੇ ਜਾਣਾ ਹੋਵੇ ਤੇ ਕਿਸੇ ਲਈ ਬਹੁਤ ਜ਼ਰੂਰੀ ਹੋਵੇ ਜਾਣਾ ਸੋ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਸਕਦੇ ਆ ਕਿਸੇ ਨੂੰ ਪੁੱਛ ਕੇ ਜਾਣ ਦੀ ਗਰੀਆ ਲੋਡ ਲੱਗਦੀ ਨਹੀਂ ਹੈਗੀ ਸੋ ਇਹ 6.5 ਦੇ ਵਿੱਚ ਜਿੰਨੇ ਤੁਸੀਂ ਹੋ ਉਹਨੇ ਬਾਕੀ ਸਾਰੇ ਆ ਖੁਦ ਸਰਕਾਰ ਆ ਮੀਡੀਆ ਸਾਰੇ ਉਵੇਂ ਹੀ ਆ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਕੱਲ ਨੂੰ ਜਿਹੜੇ ਹਾਲਾਤ ਸੁਧਰ ਜਾਣੇ ਆ ਕਿ ਹੋਰ ਵਿਗੜ ਜਾਣੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ